खड़ा रह सकूँ, बैठ भी नहीं सकूँ, बैठ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਦੀਪ ਸੰਦੀਪ, ਤੁਹਾਨੂੰ ਦੱਸ ਦਈ ਕਿ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਦੇ ਵਿੱਚ ਕਸ਼ਮੀਰਾ ਸ਼ਾਹ ਜੋ ਕਿ ਪਤਨੀ ਨੇ, ਕ੍ਰਿਸ਼ਨਾ ਅਭਿਸ਼ੇਕ ਜੋ ਕਿ ਕਮੇਡੀਅਨ ਨੇ, ਉਹਨਾਂ ਦੇ ਪਤਨੀ ਨੇ ਲਾਫਟਰ ਸ਼ੈਫ ਦੇ ਸੈੱਟ 'ਤੇ ਨਜ਼ਰ ਆ ਰਹੇ ਨੇ ਅੱਜ ਕੱਲ੍ਹ, ਅਤੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਹ ਸੈੱਟ 'ਤੇ ਡਿੱਗ ਪਏ ਨੇ ਬੁਰੀ ਤਰ੍ਹਾਂ ਦੇ ਨਾਲ। ਕਸ਼ਮੀਰਾ ਸ਼ਾਹ ਜਿਹੜੇ ਜ਼ਖਮੀ ਹੋਏ ਨੇ, ਅਦਾਕਾਰ ਦੀਆਂ ਪਸਲੀਆਂ ਅਤੇ ਲੱਤ 'ਤੇ ਸੱਟਾਂ ਲੱਗੀਆਂ ਹਨ, ਇਸ ਦੀਆਂ ਤਸਵੀਰਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਪਰ ਦੱਸਦੀ ਕਿ ਜ਼ਖਮੀ ਹੋਣ ਤੋਂ ਬਾਅਦ ਵੀ ਉਹਨਾਂ ਨੇ ਸ਼ੂਟਿੰਗ ਆ ਜਿਹੜੀ ਬੰਦ ਨਹੀਂ ਕੀਤੀ। ਕਸ਼ਮੀਰਾ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ, ਜਿਸ ਦੇ ਕੈਪਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਲਿਖੀਆਂ ਨੇ ਅਤੇ ਕਿਹਾ ਹੈ ਕਿ ਲੱਗਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਮੈਨੂੰ ਲੱਗ ਗਈ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਸੱਟ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰਾ ਨੇ ਕਿਹਾ ਕਿ ਅੱਜ ਮੈਂ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਹਰ ਪਾਸੇ ਮੈਨੂੰ ਬੁਰੀ ਨਜ਼ਰ ਲੱਗੀ ਹੈ ਅਤੇ ਮੈਂ ਆਪਣੇ ਆਪ ਨੂੰ ਸੁਰੱਖਿਆ ਰੱਖਣ ਲਈ ਪ੍ਰਾਰਥਨਾ ਕਰਦੀ ਹਾਂ। ਹਾਲ ਹੀ ਦੇ ਵਿੱਚ ਸੈੱਟ 'ਤੇ ਇਹ ਹਾਦਸਾ ਹੋਇਆ ਜਿਸ ਵਿੱਚ ਮੈਂ ਡਿੱਗ ਗਈ ਹਾਂ, ਮੇਰੀ ਪਸਲੀ 'ਤੇ ਸੱਟ ਲੱਗੀ ਹੈ ਅਤੇ ਮੇਰਾ ਗਿੱਠਾ ਮਰੋੜਿਆ ਗਿਆ ਹੈ, ਪਰ ਸ਼ੋਅ ਆ ਜਿਹੜਾ ਜਾਰੀ ਰਹੇਗਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਿਹੜੇ ਯੂਜ਼ਰ ਨੇ, ਫੈਨਸ ਨੇ, ਉਹਨਾਂ ਦੇ ਉਹ ਦੁਆ ਕਰ ਰਹੇ ਨੇ ਕਿ ਕਸ਼ਮੀਰਾ ਸ਼ਾਹ ਜਲਦ ਹੀ ਠੀਕ ਹੋ ਜਾਣ। ਇਸ ਦੇ ਨਾਲ ਹੀ ਕਸ਼ਮੀਰਾ ਸ਼ਾਹ ਦੇ ਪ੍ਰੀਤੀ ਪਤੀ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਕਿ ਉਹਨਾਂ ਨੂੰ ਉਸ 'ਤੇ ਮਾਣ ਹੈ, ਅਦਾਕਾਰ ਦੀ ਉਸ 'ਤੇ ਪਤੀ ਦੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਸੀਂ ਸ਼ੂਟਿੰਗ ਨਹੀਂ ਰੁਕਣ ਦਿੱਤੀ, ਮੈਨੂੰ ਤੁਹਾਡੇ 'ਤੇ ਮਾਣ ਹੈ। ਇਸ ਦੇ ਕਮੈਂਟ ਦੇ ਨਾਲ ਹੀ ਉਹਨਾਂ ਨੇ ਰੈੱਡ ਹਾਰਟ ਵਾਲਾ ਇਮੋਜੀ ਵੀ ਸ਼ੇਅਰ ਕੀਤਾ। ਤੁਹਾਨੂੰ ਦੱਸ ਦਈਏ ਕਿ ਲਾਫਟਰ ਸ਼ੈਫ ਇਸ ਸਮੇਂ ਟੀਵੀ ਦਾ ਸਭ ਤੋਂ ਪਸੰਦੀਦਾ ਸ਼ੋਅ ਬਣ ਗਿਆ ਹੈ। ਭਾਰਤੀ ਸਿੰਘ ਦੁਆਰਾ ਇਸ ਨੂੰ ਹੋਸਟ ਕੀਤਾ ਜਾ ਰਿਹਾ, ਜਿਸ ਦੇ ਵਿੱਚ ਕਸ਼ਮੀਰਾ, ਕ੍ਰਿਸ਼ਨਾ ਅਤੇ ਹੋਰ ਵੀ ਵੱਡੇ ਵੱਡੇ ਚਿਹਰੇ ਜਿਹੜੇ ਸ਼ਾਮਿਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਦੀਪ ਸੰਦੀਪ, ਤੁਹਾਨੂੰ ਦੱਸ ਦਈ ਕਿ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਦੇ ਵਿੱਚ ਕਸ਼ਮੀਰਾ ਸ਼ਾਹ ਜੋ ਕਿ ਪਤਨੀ ਨੇ, ਕ੍ਰਿਸ਼ਨਾ ਅਭਿਸ਼ੇਕ ਜੋ ਕਿ ਕਮੇਡੀਅਨ ਨੇ, ਉਹਨਾਂ ਦੇ ਪਤਨੀ ਨੇ ਲਾਫਟਰ ਸ਼ੈਫ ਦੇ ਸੈੱਟ 'ਤੇ ਨਜ਼ਰ ਆ ਰਹੇ ਨੇ ਅੱਜ ਕੱਲ੍ਹ, ਅਤੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਹ ਸੈੱਟ 'ਤੇ ਡਿੱਗ ਪਏ ਨੇ ਬੁਰੀ ਤਰ੍ਹਾਂ ਦੇ ਨਾਲ। ਕਸ਼ਮੀਰਾ ਸ਼ਾਹ ਜਿਹੜੇ ਜ਼ਖਮੀ ਹੋਏ ਨੇ, ਅਦਾਕਾਰ ਦੀਆਂ ਪਸਲੀਆਂ ਅਤੇ ਲੱਤ 'ਤੇ ਸੱਟਾਂ ਲੱਗੀਆਂ ਹਨ, ਇਸ ਦੀਆਂ ਤਸਵੀਰਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਪਰ ਦੱਸਦੀ ਕਿ ਜ਼ਖਮੀ ਹੋਣ ਤੋਂ ਬਾਅਦ ਵੀ ਉਹਨਾਂ ਨੇ ਸ਼ੂਟਿੰਗ ਆ ਜਿਹੜੀ ਬੰਦ ਨਹੀਂ ਕੀਤੀ। ਕਸ਼ਮੀਰਾ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ, ਜਿਸ ਦੇ ਕੈਪਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਲਿਖੀਆਂ ਨੇ ਅਤੇ ਕਿਹਾ ਹੈ ਕਿ ਲੱਗਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਮੈਨੂੰ ਲੱਗ ਗਈ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਸੱਟ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰਾ ਨੇ ਕਿਹਾ ਕਿ ਅੱਜ ਮੈਂ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਹਰ ਪਾਸੇ ਮੈਨੂੰ ਬੁਰੀ ਨਜ਼ਰ ਲੱਗੀ ਹੈ ਅਤੇ ਮੈਂ ਆਪਣੇ ਆਪ ਨੂੰ ਸੁਰੱਖਿਆ ਰੱਖਣ ਲਈ ਪ੍ਰਾਰਥਨਾ ਕਰਦੀ ਹਾਂ। ਹਾਲ ਹੀ ਦੇ ਵਿੱਚ ਸੈੱਟ 'ਤੇ ਇਹ ਹਾਦਸਾ ਹੋਇਆ ਜਿਸ ਵਿੱਚ ਮੈਂ ਡਿੱਗ ਗਈ ਹਾਂ, ਮੇਰੀ ਪਸਲੀ 'ਤੇ ਸੱਟ ਲੱਗੀ ਹੈ ਅਤੇ ਮੇਰਾ ਗਿੱਠਾ ਮਰੋੜਿਆ ਗਿਆ ਹੈ, ਪਰ ਸ਼ੋਅ ਆ ਜਿਹੜਾ ਜਾਰੀ ਰਹੇਗਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਿਹੜੇ ਯੂਜ਼ਰ ਨੇ, ਫੈਨਸ ਨੇ, ਉਹਨਾਂ ਦੇ ਉਹ ਦੁਆ ਕਰ ਰਹੇ ਨੇ ਕਿ ਕਸ਼ਮੀਰਾ ਸ਼ਾਹ ਜਲਦ ਹੀ ਠੀਕ ਹੋ ਜਾਣ। ਇਸ ਦੇ ਨਾਲ ਹੀ ਕਸ਼ਮੀਰਾ ਸ਼ਾਹ ਦੇ ਪ੍ਰੀਤੀ ਪਤੀ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਕਿ ਉਹਨਾਂ ਨੂੰ ਉਸ 'ਤੇ ਮਾਣ ਹੈ, ਅਦਾਕਾਰ ਦੀ ਉਸ 'ਤੇ ਪਤੀ ਦੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਸੀਂ ਸ਼ੂਟਿੰਗ ਨਹੀਂ ਰੁਕਣ ਦਿੱਤੀ, ਮੈਨੂੰ ਤੁਹਾਡੇ 'ਤੇ ਮਾਣ ਹੈ। ਇਸ ਦੇ ਕਮੈਂਟ ਦੇ ਨਾਲ ਹੀ ਉਹਨਾਂ ਨੇ ਰੈੱਡ ਹਾਰਟ ਵਾਲਾ ਇਮੋਜੀ ਵੀ ਸ਼ੇਅਰ ਕੀਤਾ। ਤੁਹਾਨੂੰ ਦੱਸ ਦਈਏ ਕਿ ਲਾਫਟਰ ਸ਼ੈਫ ਇਸ ਸਮੇਂ ਟੀਵੀ ਦਾ ਸਭ ਤੋਂ ਪਸੰਦੀਦਾ ਸ਼ੋਅ ਬਣ ਗਿਆ ਹੈ। ਭਾਰਤੀ ਸਿੰਘ ਦੁਆਰਾ ਇਸ ਨੂੰ ਹੋਸਟ ਕੀਤਾ ਜਾ ਰਿਹਾ, ਜਿਸ ਦੇ ਵਿੱਚ ਕਸ਼ਮੀਰਾ, ਕ੍ਰਿਸ਼ਨਾ ਅਤੇ ਹੋਰ ਵੀ ਵੱਡੇ ਵੱਡੇ ਚਿਹਰੇ ਜਿਹੜੇ ਸ਼ਾਮਿਲ।